ਤੁਹਾਨੂੰ ਜੈ ਗੁਰਦੇਵ, ਧੰਨ ਗੁਰਦੇਵ। 1433 ਈਸਵੀ ਮਾਘ ਸੁਦੀ ਪੰਦਰਾਸ ਦੁਖੀਓ ਕੇ ਕਲਿਆਣ ਹਿੱਤ ਪ੍ਰਗਟੇ ਗੁਰੂ ਰਵਿਦਾਸ। ਕਹਿੰਦੇ ਕਰਮਚੰਦ ਜੀ ਦੇ ਇਸ ਗੁਰੋਹੇ ਦੇ ਮੁਤਾਬਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਕੰਸ਼ੀ ਬਨਾਰਸ ਦੀ ਧਰਤੀ ਦੇ ਉੱਤੇ ਲਿਆ। ਹੁਣ 9 ਫਰਵਰੀ ਨੂੰ ਉਹਨਾਂ ਦਾ 643ਵਾਂ ਪ੍ਰਕਾਸ਼ ਪੁਰਬ ਜਿਹੜਾ ਪੂਰੇ ਵਿਸ਼ਵ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਡੇਰਾ ਸੱਚਖੰਡ ਬੱਲਾ ਵੱਲੋਂ ਇੱਕ ਸਪੈਸ਼ਲ ਟ੍ਰੇਨ ਕਾਂਸ਼ੀ ਬਨਾਰਸ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਬੇਗਮਪੁਰਾ ਐਕਸਪ੍ਰੈਸ ਉਹ 6 ਫਰਵਰੀ ਨੂੰ ਰਵਾਨਾ ਹੋ ਰਹੀ ਹੈ। ਸੋ ਬਹੁਤ ਸਾਰੀਆਂ ਸੰਗਤਾਂ ਸਮੁੱਚੇ ਵਿਸ਼ਵ ਦੇ ਵਿੱਚੋਂ ਸੰਗਤਾਂ ਹੁੰਮ ਹੁਮਾ ਕੇ ਸਤਿਗੁਰਾਂ ਜੀ ਦੇ ਪਾਵਨ ਜਨਮ ਸਥਾਨ ਦੇ ਉੱਤੇ ਆ ਕੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਖੁਸ਼ੀ ਦੇ ਨਾਲ ਮਨਾ ਰਹੀਆਂ ਹਨ। ਸੋ ਮੈਂ ਇਸ ਪਾਵਨ ਦਿਵਸ ਦੇ ਉੱਤੇ ਆਪਣੇ ਵੱਲੋਂ ਸ਼੍ਰੀ ਗੁਰਦਾਸ ਵੈਲਫੇਅਰ ਟਰੱਸਟ ਰਜਿਸਟਰਡ ਨਵਾਂਸ਼ਹਿਰ ਵੱਲੋਂ ਅਤੇ ਸਮੁੱਚੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਵਿਸ਼ਵ ਦੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਤੋਂ ਆਸ ਰੱਖਦਾ ਹਾਂ ਕਿ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਇਹ ਸਤਿਗੁਰਾਂ ਦਾ ਜਿਹੜਾ ਪੁਰਬ ਆ ਉਹ ਜ਼ਰੂਰ ਇਹ ਮਨਾਉਣ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਦੌਲਤ ਸਾਡਾ ਜਿਹੜਾ ਸਮਾਜ ਹੈ ਉਹ ਅੱਜ ਜੀਣ ਦੇ ਸਮਰੱਥ ਹੋਇਆ ਹੈ। ਸੋ ਉਹਨਾਂ ਦਾ ਪਾਵਨ ਜਿਹੜਾ ਪ੍ਰਕਾਸ਼ ਪੁਰਬ ਆ ਉਹ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਮਨਾਉਣਾ ਚਾਹੀਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨਵਾਦ।